ਜੈਰਿਤ ਪੈਥਲੈਬਸ ਪ੍ਰੈਕਟੀਕਲੀ 10 ਸਾਲ ਤੋਂ ਸ਼ਹਿਰ 'ਚ ਕੰਮ ਕਰ ਰਹੇ ਨੇ ਪ੍ਰੈਕਟੀਕਲੀ ਮਤਲਬ ਹਰ ਸਕਿਨ ਦੀ ਪ੍ਰੋਬਲਮ ਜਿਹੜੀ ਹੁੰਦੀ ਹੈ ਨਾ ਕੋਸਮੈਟੋਲੋਜੀ ਰਿਲੇਟਡ ਉਹਦਾ ਅਸੀਂ ਇਲਾਜ ਕਰਦੇ ਜਿਨ ਡਬਲ ਚਿੰਨ ਹੋ ਗਈ ਹੈ ਜਾਂ ਸਾਡੇ ਮੋਢਿਆਂ 'ਤੇ ਜ਼ਿਆਦਾ ਫੈਟ ਜੰਮੀ ਹੋਈ ਹੈ ਥਾਈਸ 'ਤੇ ਜ਼ਿਆਦਾ ਫੈਟ ਹੈ ਤਾਂ ਉਹਨਾਂ ਨੂੰ ਮਸ਼ੀਨ ਰਾਹੀਂ ਰਿਡਿਊਸ ਕੀਤਾ ਜਾ ਸਕਦਾ ਹੈ ਇਹਦੇ ਨਾਲ ਰਿਲੇਟਡ ਸਾਡੇ ਕੋਲ ਕਾਫੀ ਜਿੰਨੀ ਵੀ ਲੇਟੈਸਟ ਅੱਜ ਕੱਲ੍ਹ ਮਸ਼ੀਨਸ ਹੈਗੀਆਂ ਉਹ ਸਾਡੇ ਕੋਲ ਅਵੇਲੇਬਲ ਹੈ ਕੋਈ ਸਾਈਡ ਇਫੈਕਟਸ ਇਸ ਟ੍ਰੀਟਮੈਂਟ ਦੇ ਨਹੀਂ ਹੁੰਦੇ ਹਲਕੀ ਜਿਹੀ ਰੈਡਨੈਸ ਵੱਧ ਤੋਂ ਵੱਧ ਥੋੜ੍ਹੀ ਜਿਹੀ ਰੈਸ਼ ਉਹ ਵੀ 1-2 ਘੰਟੇ ਲਈ ਹੁੰਦੀ ਹੈ ਅਦਰਵਾਈਜ਼ ਕੋਈ ਮੇਜਰ ਸਾਈਡ ਇਫੈਕਟਸ ਨਹੀਂ ਵਿਜ਼ਨ ਤਾਂ ਸਾਡਾ ਇਹੀ ਹੈ ਕਿ ਆਲ ਓਵਰ ਇੰਡੀਆ ਅਸੀਂ 1300-1400 ਸੈਂਟਰਸ ਖੋਲੀਏ ਤਾਂ ਕਿ ਹਰ ਇੱਕ ਮਤਲਬ ਕੈਟੇਗਰੀ ਆਫ ਪਾਪੂਲੇਸ਼ਨ ਦੀ ਉਹਨਾਂ ਨੂੰ ਇਹ ਚੀਜ਼ਾਂ ਦੀ ਫੈਸਿਲਿਟੀਜ਼ ਅਵੇਲੇਬਲ ਹੋਣ ਹਰ ਕਿਸੇ ਦੀ ਇੱਕ ਇੱਛਾ ਹੁੰਦੀ ਹੈ ਇੱਕ ਚਾਹ ਹੁੰਦੀ ਹੈ ਕਿ ਉਹ ਦੂਸਰਿਆਂ ਤੋਂ ਖੂਬਸੂਰਤ ਦਿਸੇ ਦੂਸਰਿਆਂ ਤੋਂ ਸੁੰਦਰ ਨਜ਼ਰ ਆਵੇ ਅਜਿਹੇ ਦੇ ਵਿੱਚ ਬਹੁਤ ਸਾਰੇ ਲੋਕ ਕਈ ਤਰ੍ਹਾਂ ਦੇ ਜਿਹੜੇ ਤਰੀਕੇ ਅਪਣਾਉਂਦੇ ਨੇ ਕਈ ਤਰ੍ਹਾਂ ਦੇ ਉਪਾਅ ਕਰਦੇ ਨੇ ਪਰ ਜਿਹੜੇ ਮਾਹਰ ਨੇ ਜਦੋਂ ਮਾਹਰਾਂ ਦੀ ਸਲਾਹ ਦੇ ਨਾਲ ਕੋਈ ਇਹ ਸਾਰੀਆਂ ਚੀਜ਼ਾਂ ਨੂੰ ਅਪਲਾਈ ਕਰਦਾ ਤਾਂ ਉਹ ਫਿਰ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਅੱਜ ਤੁਹਾਡੀ ਮੁਲਾਕਾਤ ਅਸੀਂ ਅਜਿਹੀ ਹੀ ਇੱਕ ਮਾਹਰ ਦੇ ਨਾਲ ਕਰਾਉਣ ਵਾਸਤੇ ਜਾ ਰਹੇ ਹਾਂ ਜਿਨ੍ਹਾਂ ਦਾ ਕੋਸਮੈਟੋਲੋਜੀ ਦੇ ਵਿੱਚ 40 ਸਾਲ ਤੋਂ ਵੱਧ ਦਾ ਤਜਰਬਾ ਹੈ ਔਰ ਅੱਜ ਕੱਲ੍ਹ ਜਲੰਧਰ ਦੇ ਵਿੱਚ ਜੈਰਥ ਕੋਸਮੈਟੋਲੋਜੀ ਕਲੀਨਿਕਸ ਨੂੰ ਰਨ ਕਰ ਰਹੇ ਨੇ ਸਾਡੇ ਨਾਲ ਨੇ ਡਾਕਟਰ ਰੀਤਾ ਜੈਰਥ ਜਿਹੜੇ ਕਿ ਡਾਇਰੈਕਟਰ ਨੇ ਜੈਰਥ ਕੋਸਮੈਟੋਲੋਜੀ ਕਲੀਨਿਕਸ ਦੇ ਮੈਮ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਜੀ ਪੀਟ ਸਿੰਘ ਜੀ ਥੈਂਕ ਯੂ ਜੀ ਥੈਂਕ ਯੂ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਅਸੀਂ ਜਿਹੜੇ ਸਾਨੂੰ ਦਰਸ਼ਕ ਵੇਖ ਰਹੇ ਨੇ ਉਹਨਾਂ ਨੂੰ ਦੱਸੀਏ ਕਿ ਜਿਹੜੇ ਜੈਰਥ ਕੋਸਮੈਟੋਲੋਜੀ ਕਲੀਨਿਕਸ ਹੈਗੇ ਨੇ ਇਹਨਾਂ ਦਾ ਕੰਮ ਕੀ ਹੈ ਔਰ ਕਿੱਥੇ ਕਿੱਥੇ ਹੈਗੇ ਨੇ ਔਰ ਕਦੋਂ ਤੋਂ ਤੁਸੀਂ ਰਨ ਕਰ ਰਹੇ ਹੋ ਸਾਰਾ ਜੈਰਥ ਕੋਸਮੈਟੋਲੋਜੀ ਸੈਂਟਰਸ ਜਿਹੜੇ ਹੈ ਬੇਸਿਕਲੀ ਇਹ ਜੈਰਥ ਪੈਥ ਲੈਬਸ ਦਾ ਇੱਕ ਨਵਾਂ ਵੈਂਚਰ ਹੈ ਜੈਰਥ ਪੈਥ ਲੈਬਸ ਪ੍ਰੈਕਟੀਕਲੀ 10 ਸਾਲ ਤੋਂ ਸ਼ਹਿਰ 'ਚ ਕੰਮ ਕਰ ਰਹੇ ਨੇ ਸਿਰਫ ਇਸ ਸ਼ਹਿਰ 'ਚ ਨਹੀਂ ਨਾਲ ਦੇ ਲਾਗਲੇ ਜਿੰਨੇ ਵੀ ਸ਼ਹਿਰ ਹੈ ਪੰਜਾਬ ਦੇ ਅੰਮ੍ਰਿਤਸਰ ਜਲੰਧਰ ਲੁਧਿਆਣਾ ਸਾਰੇ ਜਗ੍ਹਾ ਉਹਨਾਂ ਦੀ ਫਰੈਂਚਾਈਜ਼ੀਜ਼ ਹੈਗੀਆਂ ਤਾਂ ਉਹਨਾਂ ਦੀ ਇੱਕ ਨਿਊ ਵੈਂਚਰ ਜਿਹੜਾ ਜੈਰਥ ਕੋਸਮੈਟੋਲੋਜੀ ਸੈਂਟਰਸ ਹੈ ਜਿਹਨਾਂ ਕਿ ਪ੍ਰੈਜੈਂਟਲੀ ਇੱਥੇ ਜਲੰਧਰ 'ਚ ਲੁਧਿਆਣਾ 'ਚ ਅੰਮ੍ਰਿਤਸਰ 'ਚ ਚੰਡੀਗੜ੍ਹ 'ਚ ਅਤੇ ਦਿੱਲੀ 'ਚ ਬ੍ਰਾਂਚਿਸ ਹੈਗੀਆਂ ਔਰ ਫਰਦਰ ਮਤਲਬ ਇਹਨਾਂ ਨੂੰ ਐਕਸਪੈਂਡ ਕਰਕੇ ਆਲ ਓਵਰ ਇੰਡੀਆ ਸਾਡਾ ਪਲਾਨ ਹੈ ਕਿ ਇਹਨਾਂ ਨੂੰ ਲਿਜਾਇਆ ਜਾਏ ਔਰ ਜੈਰਥ ਕੋਸਮੈਟੋਲੋਜੀ ਸੈਂਟਰਸ 'ਚ ਬੇਸਿਕਲੀ ਅਸੀਂ ਜਿਹੜੀ ਸਰਵਿਸਿਜ਼ ਪ੍ਰੋਵਾਈਡ ਕਰਦੇ ਹਾਂ ਕੋਸਮੈਟੋਲੋਜੀ ਦੇ ਅੰਡਰ ਜਿੱਦਾਂ ਲੇਜ਼ਰ ਹੇਅਰ ਰਿਮੂਵਲਸ ਲੇਜ਼ਰ ਸਕਾਰ ਰਿਮੂਵਲਸ ਕਾਰਬਨ ਡਾਈਆਕਸਾਈਡ ਲੇਜ਼ਰਸ ਹਾਈਫੋ ਜਿਹਨੂੰ ਕਿ ਹਾਈ ਇੰਟੈਂਸਿਟੀ ਫੋਕਸਡ ਅਲਟਰਾਸਾਊਂਡ ਸਰਵਿਸਿਜ਼ ਕਹਿੰਦੇ ਆ ਕ੍ਰਾਇਓਲਾਈਪੋਲਿਸਿਸ ਇਹਦਾ ਪ੍ਰੈਕਟੀਕਲੀ ਮਤਲਬ ਹਰ ਸਕਿਨ ਦੀ ਪ੍ਰੋਬਲਮ ਜਿਹੜੀ ਹੁੰਦੀ ਹੈ ਨਾ ਕੋਸਮੈਟੋਲੋਜੀ ਰਿਲੇਟਡ ਉਹਦਾ ਅਸੀਂ ਇੱਥੇ ਇਲਾਜ ਕਰਦੇ ਹਾਂ ਸਾਰਾ ਜਿਹੜੀਆਂ ਤੁਹਾਡੇ ਕੋਲ ਤੁਸੀਂ ਦੱਸ ਰਹੇ ਸੀ ਕਿ ਜਿਹੜੀਆਂ ਤੁਹਾਡੇ ਕੋਲ ਬੜੀਆਂ ਹਾਈ ਟੈਕ ਜਾਂ ਜਿਹੜੀਆਂ ਅਤਿ ਆਧੁਨਿਕ ਮਸ਼ੀਨਸ ਤੁਹਾਡੇ ਕੋਲ ਹੈਗੀਆਂ ਨੇ ਹਾਂਜੀ ਹਾਂਜੀ ਇਹਦੇ ਨਾਲ ਰਿਲੇਟਡ ਸਾਡੇ ਕੋਲ ਕਾਫੀ ਜਿੰਨੀ ਵੀ ਲੇਟੈਸਟ ਅੱਜ ਕੱਲ੍ਹ ਮਸ਼ੀਨਸ ਹੈਗੀਆਂ ਉਹ ਸਾਡੇ ਕੋਲ ਅਵੇਲੇਬਲ ਹੈ ਜਿੱਦਾਂ ਪੀਕੋ ਐਂਡ ਹਾਈਫੂ ਇਹ ਜਿਹੜੀਆਂ ਬਿਲਕੁਲ ਲੇਟੈਸਟ ਮਸ਼ੀਨਸ ਹੈ ਡਰਮੇਟੋਲੋਜੀ ਇਸ ਤੋਂ ਕਿੰਨਾ ਕੁ ਇਹਨਾਂ ਦੋਵਾਂ ਦੇ ਵਿੱਚ ਡਿਫਰੈਂਸ ਹੈਗਾ ਡਰਮੇਟੋਲੋਜੀ ਦੇ ਵਿੱਚ ਕੀ ਕੁਝ ਆਉਂਦਾ ਜੀ ਡਰਮੇਟੋਲੋਜੀ ਜਿਹੜੀ ਹੁੰਦੀ ਹੈ ਉਹ ਜਨਰਲ ਸਕਿਨ ਦੀ ਮਤਲਬ ਮੇਨ ਬ੍ਰਾਂਚ ਹੈ ਜਿਹਦਾ ਇੱਕ ਪਾਰਟ ਹੁੰਦਾ ਕੋਸਮੈਟੋਲੋਜੀ ਡਰਮੇਟੋਲੋਜੀ ਜਿਹੜੀ ਹੁੰਦੀ ਉਹ ਸਕਿਨ ਦੀ ਸਾਰੀ ਪ੍ਰੋਬਲਮਸ ਨਾਲ ਡੀਲ ਕਰਦੇ ਹਾਂ ਆਪਾਂ ਕਿ ਜਿਹਦੇ ਸਕਿਨ ਦੀ ਕੋਈ ਵੀ ਬਿਮਾਰੀ ਹੋ ਕਿਸੇ ਵੀ ਕਾਰਨ ਕਰਕੇ ਉਹਦਾ ਇਲਾਜ ਕੀਤਾ ਜਾਂਦਾ ਹੈ ਜਦਕਿ ਕੋਸਮੈਟੋਲੋਜੀ ਇੱਕ ਜਿਹੜਾ ਪਾਰਟ ਹੈ ਉਹ ਬੇਸਿਕਲੀ ਆਪਣੀ ਸੁੰਦਰਤਾ ਨਾਲ ਰਿਲੇਟਡ ਹੈ ਕਿ ਜੋ ਵੀ ਅਸੀਂ ਫੇਸ ਲਈ ਚਾਹੁੰਦੇ ਹਾਂ ਕਿ ਸਾਡੇ ਕੋਈ ਦਾਗ ਧੱਬੇ ਕੋਈ ਬਲੈਮਿਸ਼ਿਸ ਹੋਣ ਕੋਈ ਐਕਸਟਰਾ ਹੇਅਰ ਗਰੋਥ ਹੈ ਜਾਂ ਅਸੀਂ ਆਪਣੀ ਫੇਸ ਦੀ ਕੁਝ ਸ਼ੇਪ ਨੂੰ ਥੋੜ੍ਹਾ ਚੇਂਜ ਕਰਨਾ ਚਾਹੁੰਦੇ ਹਾਂ ਥੋੜ੍ਹੇ ਚਾਹੁੰਦੇ ਹਾਂ ਕਿ ਥੋੜ੍ਹੇ ਜਲਦੀ ਅਸੀਂ ਮਤਲਬ ਕਾਫੀ ਦੇਰ ਤੱਕ ਆਪਣੀ ਸਕਿਨ ਨੂੰ ਮੇਨਟੇਨ ਰੱਖ ਸਕੀਏ ਥੋੜ੍ਹਾ ਰਿੰਕਲਸ ਨਾ ਆਉਣ ਇਹ ਸਾਰੀ ਚੀਜ਼ਾਂ ਨਾਲ ਰਿਲੇਟਡ ਜਿਹੜੀ ਬ੍ਰਾਂਚ ਹੈ ਉਹ ਕੋਸਮੈਟੋਲੋਜੀ ਹੈ ਇੱਕ ਚੀਜ਼ ਦੱਸੋ ਮੈਮ ਜਦੋਂ ਪਿਛਲੇ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਜ਼ਿਕਰ ਕੀਤਾ ਸੀ ਤੁਹਾਡਾ 40 ਸਾਲ ਤੋਂ ਵੱਧ ਦਾ ਤਜਰਬਾ ਹੈਗਾ ਪਿਛਲੇ ਸਾਲਾਂ ਦੇ ਮੁਕਾਬਲੇ ਹੁਣ ਲੋਕ ਕੁਛ ਜ਼ਿਆਦਾ ਅਵੇਅਰ ਹੋਏ ਨੇ ਇਸ ਪਾਸੇ ਨੂੰ ਲੈ ਕੇ ਡੈਫੀਨੇਟਲੀ ਇਹ ਚੀਜ਼ਾਂ ਜਿਹੜੀਆਂ ਆਈਆਂ ਲਾਸਟ 5-7 ਸਾਲ 'ਚ ਜਾਂ 10 ਸਾਲ 'ਚ ਜਿੱਦਾਂ ਕਹਿ ਲਓ ਕਿ ਅਸੀਂ ਇਹਦੇ ਬਾਰੇ ਜ਼ਿਆਦਾ ਅਵੇਅਰ ਹੋਏ ਹਾਂ ਸ਼ਾਇਦ ਮੀਡੀਆ ਦੀ ਪ੍ਰੋਗਰੈਸ ਕਰਕੇ ਅਸੀਂ ਇਹ ਜ਼ਿਆਦਾ ਐਕਸਪੋਜ਼ ਹੋ ਰਹੇ ਹਾਂ ਇਸ ਚੀਜ਼ ਨੂੰ ਪਲੱਸ ਕੁੜੀਆਂ ਹੁਣ ਬਾਹਰ ਜਾ ਕੇ ਕੰਮ ਕਰਨ ਲੱਗੀਆਂ ਥੋੜ੍ਹੀ ਇੰਡੀਪੈਂਡੈਂਟ ਹੋਈਆਂ ਉਹਨਾਂ ਨੂੰ ਬਾਹਰ ਜਾ ਕੇ ਥੋੜ੍ਹਾ ਜ਼ਿਆਦਾ ਐਕਸਪੋਜ਼ਰ ਮਿਲਿਆ ਹੈ ਸਾਡੀ ਅਸੀਂ ਘੁੰਮਦੇ ਹਾਂ ਨਈ ਕੰਟਰੀਜ਼ ਜਾਂਦੇ ਹਾਂ ਔਰ ਉੱਥੇ ਇਹ ਸਾਰੀ ਚੀਜ਼ਾਂ ਦੇਖ ਕੇ ਲੋਕ
कुड़िया नू ज़्यादा अपनी पर्सनैलिटी बारे थोड़ी एक अवेयरनेस आ गई है, वो चाहुंदियां कि असी प्रेजेंटेबल लगीए, ज़्यादा स्मार्ट लगीए और जिन्ना हो सके असी अपनी एजिंग नू जिन्ना रिवर्स कर सकी। ਜਦੋਂ ਇਸ਼ੂਜ਼ ਆਪਾਂ ਦੇਖਦੇ ਹਾਂ ਜਿੱਦਾਂ ਤੁਸੀਂ ਦੱਸਿਆ ਕਿ 5-7-10 ਸਾਲ ਤੋਂ ਲੋਕਾਂ ਦੇ ਵਿੱਚ ਜ਼ਿਆਦਾ ਅਵੇਅਰਨੈਸ ਹੈ, ਜ਼ਿਆਦਾ ਕਿਊਰੀਓਸਿਟੀ ਅਸੀਂ ਕਹਿ ਸਕਦੇ ਹਾਂ ਨਾ, ਕੀ ਕਾਜ਼ਸ ਕੀ ਸਾਹਮਣੇ ਆ ਰਹੇ ਨੇ ਜਦੋਂ ਤੁਸੀਂ ਲੋਕਾਂ ਨੂੰ ਡੀਲ ਕਰਦੇ ਹੋ ਕਿ ਜਿਹੜਾ ਸਾਡਾ ਲਾਈਫ ਸਟਾਈਲ ਹੈਗਾ ਆ ਜਾਂ ਜਿਹੜਾ ਖਾਣ ਪੀਣ ਹੈ ਜਾਂ ਫਾਸਟ ਫੂਡ ਹੈ ਉਹ ਵੀ ਕੁਛ ਹੱਦ ਤੱਕ ਜ਼ਿੰਮੇਵਾਰ ਹੁੰਦੇ ਨਾ? ਉਹ ਫਾਸਟ ਫੂਡ ਜਾਂ ਲਾਈਫ ਸਟਾਈਲ ਡੈਫੀਨੇਟਲੀ ਸਾਡੀ ਕਹਿ ਲਓ ਕਿ ਸਕਿਨ ਦੇ ਪ੍ਰੋਬਲਮਸ ਲਈ ਤਾਂ ਜ਼ਿਆਦਾ ਰਿਸਪੋਂਸੀਬਲ ਹੁੰਦਾ, ਬਟ ਜਿਹੜੀ ਕੋਸਮੈਟੋਲੋਜੀ ਹੈ ਉਹ ਕੋਈ ਪ੍ਰੋਬਲਮਸ ਲਈ ਨਹੀਂ ਨਾਲ ਨਹੀਂ ਡੀਲ ਕਰਦੀ, ਉਹ ਬੇਸਿਕਲੀ ਸਾਡੇ ਆਪਣੇ ਗੁੱਡ ਮਤਲਬ ਇੱਕ ਆਪਣੀ ਅੱਛੀ ਲੁਕਸ ਲਈ ਜਾਂ ਆਪਣੀ ਪ੍ਰੈਜੈਂਟੇਸ਼ਨ ਲਈ ਜ਼ਿਆਦਾ, ਆਪਣੀ ਪਰਸਨੈਲਿਟੀ ਡਿਵੈਲਪਮੈਂਟ 'ਚ ਜ਼ਿਆਦਾ ਤੁਹਾਨੂੰ ਅਸਰ ਕਰਦੀ ਹੈ। ਹਾਂ ਡੈਫੀਨੇਟਲੀ ਜਿਹੜਾ ਫਾਸਟ ਫੂਡ ਔਰ ਜੋ ਜੰਕ ਫੂਡ ਆ ਰਿਹਾ ਉਹਦੇ ਕਰਕੇ ਮੋਟਾਪਾ ਜਲਦੀ ਆ ਰਿਹਾ, ਕੁੜੀਆਂ ਜ਼ਿਆਦਾ ਕਿਉਂਕਿ ਬਾਹਰ ਜਾ ਰਹੀਆਂ ਕੰਮ ਲਈ, ਸਨ ਐਕਸਪੋਜ਼ਰ ਹੋਣ ਨਾਲ ਉਹਨਾਂ ਦੀ ਸਕਿਨ ਡੈਮੇਜ ਥੋੜ੍ਹੀ ਜਲਦੀ ਹੋ ਰਹੀ ਹੈ, ਪਿਗਮੈਂਟੇਸ਼ਨ ਜ਼ਿਆਦਾ ਹੁੰਦੀ ਹੈ, ਰਿੰਕਲਿੰਗ ਜ਼ਿਆਦਾ ਹੁੰਦੀ ਹੈ, ਤਾਂ ਉਹਦੇ ਕਰਕੇ ਥੋੜ੍ਹੀ ਪ੍ਰੋਬਲਮਸ ਵੀ ਜ਼ਿਆਦਾ ਆ ਰਹੀਆਂ ਕੁੜੀਆਂ ਨੂੰ। ਅੱਛਾ ਇੱਕ ਵਾਰ ਫਿਰ ਜਿਹੜੇ ਲੋਕ ਸਾਨੂੰ ਵੇਖ ਰਹੇ ਨੇ ਜੈਰਥ ਕੋਸਮੈਟੋਲੋਜੀ ਕਲੀਨਿਕਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਕਿਸ ਤਰ੍ਹਾਂ ਦੀਆਂ ਸਰਵਿਸਿਜ਼ ਜਾਂ ਕਿਸ ਤਰ੍ਹਾਂ ਦਾ ਟ੍ਰੀਟਮੈਂਟ ਤੁਹਾਡੇ ਕੋਲ ਅਵੇਲੇਬਲ ਹੈਗਾ? ਕਿਉਂਕਿ ਜਿਵੇਂ ਅਸੀਂ ਗੱਲ ਕਰ ਰਹੇ ਕਿ ਲੋਕ ਜ਼ਿਆਦਾ ਅਵੇਅਰ ਹੋਏ ਨੇ, ਲੋਕਾਂ 'ਚ ਜ਼ਿਆਦਾ ਇੱਕ ਅਸੀਂ ਕਹਿੰਦੇ ਕਿ ਚੇਤਨਤਾ ਆਈ ਹੈ ਕਿ ਆਪਣੀ ਸੁੰਦਰਤਾ ਪ੍ਰਤੀ ਅਸੀਂ ਲੋਕ ਜਾਗਰੂਕ ਹੋਏ ਨੇ, ਉਹ ਕਿਹੜੀ ਕਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਜਾਂ ਕਿਹੜੇ ਕਿਹੜੇ ਇਸ਼ੂਜ਼ ਹੈਗੇ ਨੇ ਜਿਹੜੇ ਲੋਕ ਤੁਹਾਡੇ ਕੋਲ ਆ ਸਕਦੇ ਜਾਂ ਤੁਹਾਡੇ ਤੱਕ ਪਹੁੰਚ? ਜ਼ਿਆਦਾ ਜਿਹੜੀ ਮੇਨ ਕੁੜੀਆਂ ਨੂੰ ਜਿਹੜਾ ਅੱਜ ਕੱਲ੍ਹ ਅਟਰੈਕਸ਼ਨ ਹੈ, ਇੱਕ ਤਾਂ ਪਰਮਾਨੈਂਟ ਹੇਅਰ ਰਿਮੂਵਲ ਜ਼ਿਆਦਾ ਅਟਰੈਕਸ਼ਨ ਹੈ, ਉਹਨਾਂ ਨੂੰ ਲੱਗਦਾ ਕਿ ਅਸੀਂ ਮਤਲਬ ਜਿਹੜੀ ਮਤਲਬ ਕੁੜੀਆਂ ਨੂੰ ਜਲਦੀ ਫ੍ਰੀਕੁਐਂਟਲੀ ਵਿਜ਼ਿਟਸ ਦੇਣੀਆਂ ਪੈਂਦੀਆਂ, ਬਿਊਟੀ ਪਾਰਲਰ 'ਤੇ ਜਾ ਕੇ ਥਰੈਡਿੰਗ ਕਰਾਓ, ਵੈਕਸਿੰਗ ਕਰਾਓ, ਟਾਈਮ ਕੰਜ਼ਿਊਮਿੰਗ ਵੀ ਹੁੰਦਾ, ਐਂਡ ਡੈਫੀਨੇਟਲੀ ਜੇ ਤੁਸੀਂ ਲਾਈਫ ਲੌਂਗ ਕਰਾਉਂਦੇ ਹੋ ਤਾਂ ਤੁਹਾਡਾ ਫਾਈਨੈਂਸ਼ੀਅਲ ਬਰਡਨ ਵੀ ਹੈ, ਜਦਕਿ ਲੇਜ਼ਰ ਹੇਅਰ ਰਿਮੂਵਲ ਇੱਕ ਪਰਮਾਨੈਂਟ ਟ੍ਰੀਟਮੈਂਟ ਹੈ ਜਿਹਦੇ ਵਿੱਚ ਤੁਹਾਨੂੰ ਕੁਝ ਸਿਟਿੰਗਸ 6-8 ਜਾਂ 10 ਸਿਟਿੰਗਸ ਲੈ ਕੇ ਔਰ ਉਹ ਤੋਂ ਬਾਅਦ ਟੋਪ ਅਪ ਸਿਟਿੰਗਸ ਲੈ ਕੇ ਤੁਹਾਨੂੰ ਪਰਮਾਨੈਂਟ ਨਿਜਾਤ ਮਿਲਦੀ ਹੈ ਕੁਝ ਏਰੀਆ, ਕੋਈ ਸਾਈਡ ਇਫੈਕਟਸ ਇਸ ਟ੍ਰੀਟਮੈਂਟ ਦੇ ਨਹੀਂ ਹੁੰਦੇ, ਹਲਕੀ ਜਿਹੀ ਰੈਡਨੈਸ, ਵੱਧ ਤੋਂ ਵੱਧ ਥੋੜ੍ਹੀ ਜਿਹੀ ਰੈਸ਼, ਉਹ ਵੀ 1-2 ਘੰਟੇ ਲਈ ਹੁੰਦੀ ਹੈ, ਅਦਰਵਾਈਜ਼ ਕੋਈ ਮੇਜਰ ਸਾਈਡ ਇਫੈਕਟਸ ਨਹੀਂ ਹੁੰਦੇ। ਔਰ ਜਿੱਦਾਂ ਜਿੱਦਾਂ ਨਿਊ ਮਸ਼ੀਨਸ ਆਉਂਦੀਆਂ ਜਾ ਰਹੀਆਂ ਤਾਂ ਇਹ ਸਾਈਡ ਇਫੈਕਟਸ ਵੀ ਘੱਟਦੇ ਜਾ ਰਹੇ ਨੇ ਔਰ ਰਿਜ਼ਲਟਸ ਵੀ ਬੈਟਰ ਆ ਰਹੇ। ਕੋਈ ਹੋਰ ਕੋਈ ਖਾਸ ਗੱਲ ਆਪਣੇ ਜੈਰਥ ਜਿਹੜੇ ਕੋਸਮੈਟੋਲੋਜੀ ਕਲੀਨਿਕਸ ਹੈਗੀ ਉਹਨਾਂ ਨੂੰ ਲੈ ਕੇ ਸਾਡੇ ਨਾਲ ਸਾਡੇ ਦਰਸ਼ਕਾਂ ਨੂੰ ਤੁਸੀਂ ਕੁਝ ਦੱਸਣਾ ਚਾਹੁੰਦੇ ਹੋ? ਹੇਅਰ ਰਿਮੂਵਲ ਤੋਂ ਇਲਾਵਾ ਅਸੀਂ ਬਾਕੀ ਟ੍ਰੀਟਮੈਂਟਸ ਵੀ ਕਾਫੀ ਦੇ ਰਹੇ ਹਾਂ, ਜਿੱਦਾਂ ਨੋਨ ਇਨਵੇਸਿਵ ਬਾਡੀ ਫੈਟ ਰਿਡਕਸ਼ਨ, ਜਿੱਦਾਂ ਹੁਣ ਸਪੋਜ਼ ਸਾਡੇ ਸਰੀਰ 'ਤੇ ਫੈਟ ਦਾ ਜਮਾਵ ਹੈ, ਕਿਤੇ ਅੰਡਰ ਚਿੰਨ ਡਬਲ ਚਿੰਨ ਹੋ ਗਈ ਹੈ ਜਾਂ ਸਾਡੇ ਮੋਢਿਆਂ 'ਤੇ ਜ਼ਿਆਦਾ ਫੈਟ ਜੰਮੀ ਹੋਈ ਹੈ, ਥਾਈਸ 'ਤੇ ਜ਼ਿਆਦਾ ਫੈਟ ਹੈ, ਤਾਂ ਉਹਨਾਂ ਨੂੰ ਮਸ਼ੀਨ ਰਾਹੀਂ ਰਿਡਿਊਸ ਕੀਤਾ ਜਾ ਸਕਦਾ, ਜਿਹੜਾ ਕਿ ਪਹਿਲੇ ਸਰਜੀਕਲ ਰਿਮੂਵਲਸ ਹੋਇਆ ਕਰਦੇ ਸੀ, ਤਾਂ ਸਰਜਰੀ ਕਰਾਉਣ 'ਚ ਹਰੇਕ ਨੂੰ ਥੋੜ੍ਹੀ ਜਿਹੀ ਦਿੱਕਤ ਹੁੰਦੀ ਹੈ, ਅਤੇ ਇਸ ਕਰਕੇ ਮਸ਼ੀਨ ਟ੍ਰੀਟਮੈਂਟਸ ਜਿਹੜੀ ਹੈ ਇਹਦੇ ਵਿੱਚ ਕੋਈ ਤਕਲੀਫ ਨਹੀਂ ਹੁੰਦੀ, ਕੋਈ ਸਕਾਰ ਨਹੀਂ ਬਣਦੇ ਔਰ ਆਰਾਮ ਨਾਲ ਤੁਹਾਡੀ ਬੋਡੀ ਸ਼ੇਪਿੰਗ ਹੋ ਜਾਂਦੀ ਹੈ। ਔਰ ਇਸੇ ਤਰ੍ਹਾਂ ਜਿੱਦਾਂ ਹੁਣ ਕਈਆਂ ਨੂੰ ਪਿੰਪਲਸ ਬਹੁਤ ਨਿਕਲਦੇ, ਪਿੰਪਲਸ ਤੋਂ ਬਾਅਦ ਕਾਫੀ ਸਕਾਰ ਜੇ ਆ ਜਾਂਦੇ ਨੇ ਤਾਂ ਹਰੇਕ ਨੂੰ ਲੱਗਦਾ ਕਿ ਬੜੇ ਕੌਂਸ਼ੀਅਸ ਹੋ ਜਾਂਦੇ ਹੋ ਤੁਸੀਂ ਆਪਣੇ ਫੇਸ ਦੇ ਬਾਰੇ, ਤਾਂ ਉਹ ਸਕਾਰ ਰਿਮੂਵਲ ਇੱਕ ਬਹੁਤ ਵੱਡਾ ਟੂਲ ਹੈ ਕਿ ਜਿਹਦੇ ਨਾਲ ਅਸੀਂ ਜਿਹੜੇ ਵੀ ਪੁਰਾਣੇ ਸਕਾਰ ਹੈ ਉਹਨਾਂ ਨੂੰ ਠੀਕ ਕਰ ਸਕਦੇ ਹਾਂ। ਕਿਸੇ ਨੂੰ ਕੋਈ ਸੱਟ ਲੱਗ ਗਈ, ਕਿਸੇ ਨੂੰ ਪਿੰਪਲਸ ਹੋਏ ਨੇ, ਕੋਈ ਵੀ ਕਾਰਨ ਹੋ ਸਕਦਾ ਫੇਸ 'ਤੇ ਕੋਈ ਦਾ ਸਕਾਰਿੰਗ ਹੁੰਦਾ। ਜਿਹੜੇ ਲੋਕ ਸਾਡੀਆਂ ਗੱਲਾਂ ਤੋਂ ਬਾਅਦ ਲੋਕਾਂ ਨੂੰ ਵੀ ਹੋਇਆ ਕਿ ਅਸੀਂ ਤੁਹਾਡੇ ਨਾਲ ਆ ਕੇ ਮਿਲੀਏ, ਤੁਹਾਡੇ ਨਾਲ ਤੁਹਾਡੀ ਅਸੀਂ ਕੰਸਲਟ ਕਰੀਏ ਤੁਹਾਨੂੰ ਆ ਕੇ, ਤੁਸੀਂ ਇੱਥੇ ਅਵੇਲੇਬਲ ਹੁੰਦੇ ਹੋ ਜਿਹੜੇ ਦੂਸਰੇ ਕਲੀਨਿਕਸ ਹੈਗੇ ਨੇ ਜੇ ਲੋਕ ਤੁਹਾਨੂੰ ਮਿਲਣਾ ਚਾਹੁੰਦੇ? ਹਾਂ ਮੈਂ ਤਾਂ ਇੱਥੇ ਹੀ ਅਵੇਲੇਬਲ ਹੁੰਦੀ ਹਾਂ ਮੋਸਟਲੀ, ਬਾਹਰ ਦੂਸਰੇ ਡਾਕਟਰਸ ਹੈਗੇ ਆ ਸਕਿਨ ਸਪੈਸ਼ਲਿਸਟ ਜਿਹੜੇ ਹੁੰਦੇ ਉਹ ਉਹਨਾਂ ਨੂੰ ਡੀਲ ਕਰਦੇ ਨੇ, ਜਿੱਦਾਂ ਕਿ ਅੰਮ੍ਰਿਤਸਰ ਹੋ ਗਿਆ, ਲੁਧਿਆਣਾ, ਚੰਡੀਗੜ੍ਹ, ਹਰ ਜਗ੍ਹਾ ਅਲੱਗ ਅਲੱਗ ਡਾਕਟਰਸ ਹੈ। ਅੱਛਾ ਡਾਕਟਰ ਸਾਹਿਬ, ਜਿਵੇਂ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਪੈਨ ਇੰਡੀਆ ਲਗਭਗ ਕਲੀਨਿਕਸ ਹੈਗੇ ਨੇ, ਹੁਣ ਅਗਲਾ ਕੀ ਵਿਜ਼ਨ ਹੈਗਾ ਆ, ਅਗਲਾ ਅਸੀਂ ਜੇ ਸੋਚੀਏ ਜਾਂ ਦਰਸ਼ਕਾਂ ਨੂੰ ਦੱਸੀਏ ਕਿ ਅਗਲਾ ਤੁਹਾਡਾ ਕੀ ਪ੍ਰੋਗਰਾਮ ਹੈਗਾ? ਅਗਲਾ ਫਿਲਹਾਲ ਤਾਂ ਸਾਡੇ ਜਿੱਦਾਂ ਦਿੱਲੀ, ਨੌਰਥ ਇੰਡੀਆ 'ਚ ਹੈਗੇ ਆ ਨਾ, ਦਿੱਲੀ ਐਂਡ ਪੰਜਾਬ ਦੇ ਸਿਟੀਜ਼ 'ਚ ਹੈਗੇ ਆ ਸੈਂਟਰਸ। ਵਿਜ਼ਨ ਤਾਂ ਸਾਡਾ ਇਹੀ ਹੈ ਕਿ ਆਲ ਓਵਰ ਇੰਡੀਆ ਅਸੀਂ 1300-1400 ਸੈਂਟਰਸ ਖੋਲੀਏ, ਤਾਂ ਕਿ ਹਰ ਇੱਕ ਮਤਲਬ ਕੈਟੇਗਰੀ ਆਫ ਪਾਪੂਲੇਸ਼ਨ ਦੀ ਉਹਨਾਂ ਨੂੰ ਇਹ ਚੀਜ਼ਾਂ ਦੀ ਫੈਸਿਲਿਟੀਜ਼ ਅਵੇਲੇਬਲ ਹੋਣ, ਕਿਉਂਕਿ ਹੁਣ ਪਿੰਡਾਂ 'ਚ ਵੀ ਸਾਡੀ ਅੱਛੀ ਪਾਪੂਲੇਸ਼ਨ ਹੈ, ਉਹਨਾਂ ਨੂੰ ਵੀ ਥੋੜ੍ਹੀ ਅਵੇਅਰਨੈਸ ਹੈ ਕਿ ਮੀਡੀਆ ਦੇ ਐਕਸਪੋਜ਼ਰ ਹੋਣ ਕਰਕੇ, ਤਾਂ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਿਨ੍ਹਾਂ ਨੂੰ ਵੀ ਕੋਈ ਪ੍ਰੋਬਲਮ ਹੈ ਜੇ ਅਸੀਂ ਥੋੜ੍ਹਾ ਉਹਨਾਂ ਨੂੰ ਹੈਲਪ ਕਰ ਸਕੀਏ, ਥੋੜ੍ਹੀ ਹੋਰ ਉਹਨਾਂ ਦੀ ਬੈਟਰ ਉਹਨਾਂ ਨੂੰ ਥੋੜ੍ਹੀ ਲਾਈਫ ਦੇਣ ਲਈ, ਤਾਂ ਡੈਫੀਨੇਟਲੀ ਅਸੀਂ ਚਾਹੁੰਦੇ ਹਾਂ ਕਿ ਸਾਰੇ ਇੰਡੀਆ 'ਚ ਇਹ ਚੀਜ਼ ਦੀ ਅਵੇਲੇਬਿਲਿਟੀ ਹੋਣੀ ਚਾਹੀਦੀ।
सस्ते रेट ते। ਤਾਂ ਅਸੀਂ ਇੱਕ ਵਾਰ ਫਿਰ ਆਪਣੇ ਜਿਹੜੇ ਦਰਸ਼ਕ ਸਾਨੂੰ ਵੇਖ ਰਹੇ ਨੇ ਉਹਨਾਂ ਨੂੰ ਇਹੀ ਸੁਜੈਸਟ ਕਰਦੀ ਹਾਂ, ਇਹੀ ਉਹਨਾਂ ਨੂੰ ਸੁਨੇਹਾ ਦਿੰਦੇ ਹਾਂ ਕਿ ਜੇਕਰ ਤੁਸੀਂ ਵੀ ਸੁੰਦਰ ਦਿਖਣਾ ਚਾਹੁੰਦੇ ਹੋ, ਆਪਣੀ ਦਿੱਖ ਨੂੰ ਸੰਵਾਰਨਾ ਚਾਹੁੰਦੇ ਹੋ, ਤਾਂ ਜਿਵੇਂ ਡਾਕਟਰ ਸਾਹਿਬ ਨਾਲ ਅਸੀਂ ਗੱਲ ਕੀਤੀ ਹੈ, 40 ਸਾਲ ਤੋਂ ਵੱਧ ਦਾ ਤਜਰਬਾ ਆ, ਜੈਰਥ ਜਿਹੜੇ ਕੋਸਮੈਟੋਲੋਜੀ ਕਲੀਨਿਕਸ ਹੈਗੇ ਨੇ ਪੈਨ ਇੰਡੀਆ ਹੈਗੇ ਨੇ, ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿੱਚ ਨੇ, ਵੱਖ ਵੱਖ ਜਿਹੜੇ ਪ੍ਰਮੁੱਖ ਸ਼ਹਿਰ ਨੇ ਉੱਥੇ ਇਹਨਾਂ ਦੇ ਕਲੀਨਿਕਸ ਹੈਗੇ ਨੇ, ਔਰ ਪੰਜਾਬ ਤੋਂ ਬਾਹਰ ਵੀ ਸੂਬਿਆਂ ਦੇ ਵਿੱਚ ਹੈਗੇ ਨੇ, ਔਰ ਅਗਲੇ ਸਮੇਂ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ 1000 ਤੋਂ ਵੱਧ ਜਿਹੜੇ ਕਲੀਨਿਕਸ ਨੇ ਉਹ ਇੰਡੀਆ ਦੇ ਵਿੱਚ ਖੁੱਲ੍ਹਣ ਵਾਲੇ ਹੈਗੇ ਨੇ, ਜਲੰਧਰ ਦੇ ਵਿੱਚ ਡਾਕਟਰ ਸਾਹਿਬ ਅਵੇਲੇਬਲ ਹੁੰਦੇ ਨੇ, ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਕੋਈ ਸਲਾਹ ਕੋਈ ਮਸ਼ਵਰਾ ਲੈਣਾ ਤਾਂ ਜ਼ਰੂਰ ਇਹਨਾਂ ਤੱਕ ਪਹੁੰਚ ਕਰ ਸਕਦੇ ਹੋ, ਕਿਉਂਕਿ ਜਿਵੇਂ ਅਸੀਂ ਸ਼ੁਰੂ ਦੇ ਵਿੱਚ ਅਸੀਂ ਜ਼ਿਕਰ ਕੀਤਾ ਸੀਗਾ ਕਿ ਹਰ ਕੋਈ ਸੁੰਦਰ ਦਿਖਣਾ ਚਾਹੁੰਦਾ ਹੈ, ਪਰ ਜਦੋਂ ਕਈ ਵਾਰ ਅਸੀਂ ਆਪਣੇ ਤੌਰ 'ਤੇ ਕਈ ਓੜ ਪੋੜ ਜਾਂ ਜਿਹੜੇ ਅਸੀਂ ਘਰ ਦੇ ਵੈਦ ਜਦੋਂ ਤਰੀਕੇ ਅਸੀਂ ਅਪਣਾ ਲੈਂਦੇ ਤਾਂ ਕਈ ਵਾਰੀ ਉਹਨਾਂ ਦਾ ਨੁਕਸਾਨ ਵੀ ਹੁੰਦਾ, ਉਹਨਾਂ ਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ, ਕਈ ਤਰ੍ਹਾਂ ਦੀਆਂ ਮੁਸ਼ਕਲਾਂ ਹੁੰਦੀਆਂ, ਸੋ ਮਾਹਰ ਡਾਕਟਰਾਂ ਦੀ ਸਲਾਹ ਦੇ ਨਾਲ ਕੋਈ ਕਦਮ ਚੁੱਕਿਆ ਜਾਵੇ ਤਾਂ ਹੀ ਉਹ ਫਾਇਦੇਮੰਦ ਸਾਬਤ ਹੁੰਦਾ ਹੈ। ਕੈਮਰਾ ਪਰਸਨ ਜਗਰੂਪ ਦੇ ਨਾਲ ਪਤਰਸਮ ਸਿੰਘ, PTC ਨਿਊਜ਼ ਜਲੰਧਰ।